ਅੱਜ ਸਾਰੇ ਇਹਨਾਂ ਦੇ ਲੱਗੇ ਸੀਗੇ ਕਿਸੇ ਨੇ ਨਹੀਂ ਫੜਿਆ ਫੋਨ ਕਰਦੇ ਰਹੇ ਫਲਾਣੀ ਤਾਂ ਪੈਸੇ ਵੰਡੀਆਂ ਜਾਂਦੇ ਫਲਾਣੀ ਕਿਸੇ ਨੇ ਕੁਝ ਨਹੀਂ ਕੀਤਾ ਤੁਸੀਂ ਕਿੰਨੇ ਕੁ ਵੰਡੇ ਚੰਤਾਨਾ ਵਾਦਾ ਕਰਦਾ ਮੈਂ ਚਿੱਟਾ ਇੱਥੇ ਵੇਖਣ ਨੂੰ ਨਹੀਂ ਲੱਭੂਗਾ ਤੁਸੀਂ ਤਰਸਣਗੇ ਲੋਕ ਕਿਤੇ ਚਿੱਟਾ ਹੁੰਦਾ ਕਿਹੋ ਜਿਹਾ ਸੀਗਾ ਜਿਹੜੇ ਨਵੀਂ ਪੀੜ੍ਹੀ ਪਰ ਚਿੱਟਾ ਬੰਦ ਕਰੂੰਗਾ ਉਦੋਂ ਬਾਅਦ ਪਿੰਡ ਪਿੰਡ ਗਰਾਊਂਡਾਂ ਬਣਾਊਗਾ ਕਿਉਂਕਿ ਚਿੱਟੇ ਨੂੰ ਬੰਦ ਕਰਨ ਵਾਸਤੇ ਗਰਾਊਂਡਾਂ ਵੀ ਬਣੀਆਂ ਜ਼ਰੂਰੀ ਹੈ ਉਹ ਤਾਂ ਦੋਵੇਂ ਰਲੇ ਹੋਇਆ ਜੀ ਦੋਨੋਂ ਰਲੇ ਆ 100% ਰਲੇ ਆ ਜਿੱਥੇ ਕਈਆਂ ਥਾਵਾਂ ਤੇ ਇਹ ਆਣ ਕੇ ਬੰਦੇ ਦੱਸਦੇ ਹਨ ਉਹ ਕਹਿ ਦਿੰਦੇ ਸੀ ਭਾਈ ਜੀ ਚਲੋ ਜੇ ਸਾਨੂੰ ਨਹੀਂ ਨਾ ਪਉਣੀ ਤੇ ਤੁਸੀਂ ਇੰਜ ਕਰੋ ਕਟਾਰੀਏ ਨਾ ਪਾਇਆ ਜੇ ਇਲਾਕੇ ਦੀ ਨਿਹਾਰ ਬਦਲ ਦੂੰਗਾ ਤੇ ਜੇ ਪੰਜਾਬ ਦੇ ਲੋਕ ਜਿਹੜਾ ਹਲਕਾ ਨਾ ਵੇਖਣ ਹੋਣ ਤੇ ਮੈਨੂੰ ਜੋ ਮਰਜ਼ੀ ਇਲਾਕਾ ਸਜਾ ਦੇ ਦੇ ਮੈਂ ਭੁਗਤਣ ਨੂੰ ਤਿਆਰ ਐਹੋ ਜਿਹਾ ਹਲਕਾ ਬਣਾਉਂਗਾ ਵਿਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਜਿਵੇਂ ਆਪ ਜੀ ਨੂੰ ਪਤਾ ਪਿਛਲੇ ਦਿਨਾਂ ਦੇ ਅੰਦਰ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ 20 ਫਰਵਰੀ ਨੂੰ ਹੋ ਕੇ ਹਟੇ ਨੇ ਔਰ 10 ਮਾਰਚ ਨੂੰ ਉਹਦੇ ਨਤੀਜੇ ਸਾਹਮਣੇ ਆਉਣੇ ਨੇ। ਲੋਕ ਕਹਿ ਰਹੇ ਨੇ ਵੀ ਨਤੀਜੇ ਇਸ ਵਾਰ ਹੈਰਾਨੀ ਜਨਕ ਹੋਣਗੇ ਕਿਉਂਕਿ ਟਿਕਟਾਂ ਦੀ ਵੰਡ ਹੀ ਬੜੀ ਹੈਰਾਨੀ ਜਨਕ ਕੋਈ ਹੈ। ਸੋ ਅੱਜ ਅਸੀਂ ਜੁੜੇ ਹਾਂ ਸਾਡੇ ਹਲਕਾ ਜੀਰਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਨਰੇਸ਼ ਕਟਾਰੀਆ ਜੀ ਦੇ ਨਾਲ ਕਟਾਰੀਆ ਸਾਹਿਬ ਅਸੀਂ ਆਪਣੇ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਟਾਰੀਆ ਸਾਹਿਬ ਤੁਸੀਂ ਮੈਨੂੰ ਲੱਗਦਾ ਵੀ ਚੌਥਾ ਇਲੈਕਸ਼ਨ ਲੜਿਆ ਹੈ ਹਾਂਜੀ ਤੁਸੀਂ ਬਤੌਰ ਐਮਐਲਏ ਇਸ ਸੇਵਾ ਇਸ ਹਲਕੇ ਦੀ ਨਿਭਾ ਚੁੱਕੇ ਹੋ ਬਿਲਕੁਲ ਜੀ ਔਰ ਦੋ ਵਾਰ ਤੁਸੀਂ ਹਾਰੇ ਹੋ ਇੱਕ ਵਾਰ ਤੁਸੀਂ ਜਿੱਤੇ ਹੋ ਇਹ ਲੋਕਾਂ ਨੇ ਤੁਹਾਨੂੰ ਮਾਣ ਬਖਸ਼ਿਆ ਸੀ ਬਿਲਕੁਲ ਔਰ ਇਸ ਵਾਰ ਤੁਹਾਨੂੰ ਫਿਰ ਪਾਰਟੀ ਨੇ ਟਿਕਟ ਦੇ ਕੇ ਨਵਾਜੀ ਹੈ ਬਿਲਕੁਲ ਠੀਕ ਹੈ ਇਸ ਵਾਰ ਤੁਹਾਨੂੰ ਵੋਟਰਾਂ ਦੇ ਵਿੱਚ ਕੀ ਫਰਕ ਲੱਗਾ ਹੈ ਵੀ ਪਹਿਲਾਂ ਤੁਸੀਂ ਕਾਂਗਰਸ ਵੱਲੋਂ ਲੜਦੇ ਰਹੇ ਇਸ ਵਾਰ ਤੁਸੀਂ ਆਪ ਵੱਲੋਂ ਲੜੇ ਹੋ ਕੋਈ ਫਰਕ ਵੋਟਰਾਂ ਵੱਲੋਂ ਪਿਆਰ ਦਾ ਕੋ ਇਹੋ ਜਿਹਾ ਕਿਹੜਾ ਫਰਕ ਲੱਗਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਕਾਲ ਚੈਨਲ ਜੀ ਦਾ ਅਤੇ ਹਰਪਾਲ ਸਿੰਘ ਮਖੂ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਨਮਾਣੇ ਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਅਤੇ ਸਾਰੇ ਦਰਸ਼ਕ ਵੇਖ ਰਹੇ ਵੀਰਾਂ ਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇਸ ਤਰ੍ਹਾਂ ਤੁਸੀਂ ਇਹ ਪੁੱਛਿਆ ਇਸ ਵਾਰੀ ਫਰਕ ਕੀ ਆ ਇਸ ਵਾਰੀ ਫਰਕ ਇਹ ਆ ਅੱਗੇ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਸੀਗਾ ਜੀ ਅਸੀਂ 7-8 ਦਿਨ ਲਗਾਤਾਰ ਬੈਠੇ ਰਹਿਣਾ ਕਿਤੇ ਪਾਸੇ ਹੋ ਕੇ ਬੈਠ ਕੇ ਇੱਥੇ ਦਫ਼ਤਰ ਚ ਤਾਂ ਕੰਮ ਨਹੀਂ ਸੀ ਕਰਨ ਦਿੰਦੇ ਕਿਉਂ ਜਨਤਾ ਆਈ ਜਾਂਦੀ ਸੀ ਤੇ ਕਿਸੇ ਪਾਸੇ ਨਵੇਕਲੀ ਥਾਂ ਤੇ ਜਾ ਕੇ ਬੈਠ ਕੇ ਫੋਨ ਤੇ ਫੋਨ ਕਰੀ ਜਾਣੇ ਭਾਈ ਜੀ ਇਸ ਤਰ੍ਹਾਂ ਨੂੰ ਫਲਾਣਾ ਲੀਡਰ ਆ ਰਿਹਾ ਤੇ ਤੁਸੀਂ ਨਾ ਦੋ ਤਿੰਨ ਗੱਡੀਆਂ ਭਰ ਕੇ ਲਿਉਣੀਆਂ ਤੁਸੀਂ ਜੀ ਟਰਾਲੀ ਭਰ ਕੇ ਲਿਉਣੀ ਤੁਸੀਂ ਜੀ ਕਿਤੋਂ ਵੀ ਕੋਈ ਅਰੇਂਜਮੈਂਟ ਕਰਕੇ ਆਪਣੇ ਆ ਪਹੁੰਚਣਾ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਜੀ ਇੰਨਾ ਕੁ ਜ਼ੋਰ ਲਾ ਦਿੰਦੇ ਕਿੰਨੇ ਦਿਨ ਫੋਨਾਂ ਤੇ ਲੰਘ ਜਾਂਦੇ ਸਾਡੇ ਪੂਰਾ ਪੱਬਾਂ ਪਰ ਹੋ ਕੇ ਜ਼ੋਰ ਲਾਉਂਦੇ ਸੀ ਆ ਸੋਰੀ ਇਹ ਫਰਕ ਆ ਵੀ ਭਗਵੰਤ ਮਾਨ ਜੀ ਆਏ ਜੀ ਤੁਸੀਂ ਮੈਂ ਉਸ ਪ੍ਰਮਾਤਪਨ ਯਾਦ ਕਰਕੇ ਕਹਿੰਨਾ ਵੇਖਿਆ ਜੀ ਤੀਜੇ ਤੋਂ ਚੌਥਾ ਫੋਨ ਨਹੀਂ ਮੈਂ ਕੀਤਾ ਕਿਸੇ ਨੂੰ ਤਿੰਨ ਫੋਨ ਉਹ ਵੀ ਜਿਹੜੇ ਮੇਰੇ ਖਾਸ ਜਿਨ੍ਹਾਂ ਨੇ ਮੇਰੇ ਨਾਲ ਸਵੇਰੇ ਉੱਠ ਕੇ ਜਾਣਾ ਸੀ ਤਿੰਨ ਫੋਨ ਉਹਨਾਂ ਨੂੰ ਲਾਏ ਚੌਥਾ ਫੋਨ ਕੀਤਾ ਹੋਵੇ ਤਾਂ ਮੈਂ ਉਸ ਮਾਲਕ ਦੇ ਘਰ 'ਚ ਗੁਨਾਹ ਕਰ ਲੋਕੀ ਵੇਖੋ ਇੱਕ ਫੇਸਬੁੱਕ ਤੇ ਮੇਰੇ ਬੇਟੇ ਨੇ ਪਾਇਆ ਸਿਰਫ ਤੇ ਰਾਸ਼ ਵੇਖ ਲਓ ਵੀ ਲੋਕ ਅਸ਼ਸ਼ ਕਰ ਉਠੇ ਮੈਂ ਕਹਿੰਨਾ ਜੀ ਪ੍ਰੋਗਰਾਮ ਤਾਂ ਉਹ ਆਏ ਕੋਈ 10 ਵਜੇ ਕਿੰਨੇ ਮਿੰਟ ਤੇ ਤੇ ਲੋਕਾਂ ਦੇ ਸਾਨੂੰ 6 ਵਜੇ ਫੋਨ ਸ਼ੁਰੂ ਹੋ ਗਿਆ ਉਹਨੇ ਕੀ ਬਾਤ ਮੈਂ ਕਹਿੰਦਾ ਜੀ ਮੈਂ ਹੈਰਾਨ ਆ ਮੈਂ ਅੰਦਰੋਂ ਅੰਦਰ ਇੰਨਾ ਕੁ ਖੁਸ਼ ਵੀ ਮਾਲਕਾ ਹੋਣ ਮਣੀ ਗੱਲ ਸੱਚਾ ਪਾਤਸ਼ਾਹ ਆ ਹੋਈ ਪਾਰਟੀ ਸਵਾਦ ਆ ਗਿਆ ਉੱਥੇ ਫੋਨ ਕਰ ਕਰਕੇ ਲੋਕਾਂ ਨੂੰ ਸੱਦੀਦਾ ਸੀ ਤੇ ਐਸ ਵਾਰੀ ਫੋਨ ਵੀ ਨਹੀਂ ਕੀਤਾ ਟਾਈਮ ਨਹੀਂ ਲੱਗਾ ਫੋਨ ਤਾਂ ਜੇ ਮੈਨੂੰ ਟਾਈਮ ਲੱਗ ਜਾਂਦਾ ਮੈਂ ਫੋਨ ਕਰਨੇ ਸੀ ਇਹ ਨਹੀਂ ਕੋਈ ਸ਼ੱਕ ਪਰ ਮੇਰੇ ਕੋਲ ਟਾਈਮ ਨਹੀਂ ਲੱਗਾ ਮੈਂ ਰਾਤ ਨੂੰ 1:30 ਵਜੇ ਆਇਆ ਜੀਰੇ ਤੋਂ ਕੁਝ ਬੰਦੇ ਉਧਰੋਂ ਕਾਂਗਰਸ ਦੇ ਟਾਈਮ ਤੇ ਮੇਰੇ ਨਾਲ ਹੁੰਦੇ ਸੀ ਉਹਨਾਂ ਬੰਦਿਆਂ ਨੇ ਮੈਸੇਜ ਭੇਜਿਆ ਵੀ ਅਸੀਂ ਤਿਆਰ ਆ ਮੈਂ 1:30 ਵਜੇ ਉਹਨਾਂ ਕੋਲ ਚਲਾ ਗਿਆ ਉਹਨਾਂ ਦਾ ਥੋੜਾ ਜਿਹਾ ਉਹਨਾਂ ਦਾ ਥੋੜਾ ਜਿਹਾ ਇਹ ਬਣ ਗਿਆ ਗੱਲ ਵੀ ਉਹ ਕਹਿੰਦੇ ਵੀ ਅਸੀਂ ਸਲਾਹ ਕਰ ਲਈਏ ਮੈਂ ਕਿਹਾ ਕੋਈ ਗੱਲ ਨਹੀਂ ਸਲਾਹ ਕਰ ਲਓ ਪਰ ਉਹਨਾਂ ਦੇ ਸਾਨੂੰ ਉਹਨਾਂ ਨੇ 1:30 ਵਜੇ ਤੱਕ ਉਲਝਾ ਛੱਡਿਆ ਚਲੋ ਗੱਲ ਬਿਨਾ ਬਣੀ ਤੁਰੇ ਬਿਨਾ ਪਰ 1:30 ਵਜੇ ਤੱਕ ਅਸੀਂ ਜੀਰੇ ਚ ਰਹੇ 1:30 ਵਜੇ ਆਣ ਕੇ ਮੈਂ ਕਿਸੇ ਨੂੰ ਥੋੜੀ ਫੋਨ ਕਰਨਾ ਸੀਗਾ ਤੇ ਉਹ ਜਿਹੜੇ ਮੇਰੇ ਬਹੁਤ ਖਾਸ ਸੀਗੇ ਜਿਨ੍ਹਾਂ ਨੇ ਮੇਰੇ ਤੁਸੀਂ ਕਹਿ ਰਹੇ ਹੋ ਕਿ ਇਸ ਪਾਰਟੀ ਦੇ ਨਾਲ ਲੋਕਾਂ ਦਾ ਨੇਹ ਇੰਨਾ ਜ਼ਿਆਦਾ ਸੀ ਵਰਕਰਾਂ ਚ ਉਤਸ਼ਾਹ ਹੀ ਬੜਾ ਸੀ ਮੈਂ ਕਹਿੰਦਾ ਜੀ ਉਤਸ਼ਾਹ ਇਸ ਵਾਰੀ ਤਾਂ ਮੈਂ ਕਹਿੰਦਾ ਜੀ ਮੈਂ ਕਮਾਲ ਹੀ ਕਰਤੀ ਆ ਆਪਣੀ ਜ਼ਿੰਦਗੀ ਚ ਇਸ ਤਰ੍ਹਾਂ ਦਾ ਪਿਆਰ ਨਹੀਂ ਵੇਖਿਆ ਜੋ ਮੈਨੂੰ ਜਨਤਾ ਨੇ ਪਿਆਰ ਦਿੱਤਾ ਪਿੰਡਾਂ ਚ ਉਸ ਦਿਨ ਤਾਂ ਜਿਹੜਾ ਵੇਖਿਆ ਹੀ ਵੇਖਿਆ ਵਾ ਲੋਕ 6 ਵਜੇ ਆਣ ਕੇ ਫੋਨ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਬਾਜੀ ਕਿੱਥੇ ਜੇ ਅਸੀਂ ਹੁਣ ਘਰੇ ਸੀ ਮੈਂ ਹੁਣ ਕੀ ਕਹਿੰਦਾ ਵੀ ਮੈਂ ਕਿੱਥੇ ਆ ਮੈਂ ਕਿਹਾ ਜੀ ਬਸ ਆ ਗਿਆ ਜੀ ਆ ਗਿਆ 10 ਮਿੰਟਾਂ ਚ ਲੋਕਾਂ ਨੇ 6 ਵਜੇ ਸ਼ੁਰੂ ਕਰ ਦਿੱਤਾ ਪਰ ਭਗਵੰਤ ਮਾਨ ਜੀ 10 ਵਜੇ ਕਿੰਨੇ ਮਿੰਟ ਤੇ ਆਏ ਪਰ ਉਹਨਾਂ ਨੇ ਵੀ ਆਪਦੇ ਮੂੰਹ 'ਚ ਲਫ਼ਜ਼ ਕਹੇ ਵੀ ਤੁਸੀਂ ਤਾਂ ਮੈਨੂੰ ਉਂਜੀ ਜਾਣਬੁੱਝ ਕੇ ਸੱਦਿਆ ਵਾ ਵੇਖਣ ਤੇ ਮਾਰਿਆ ਮੇਰਾ ਇਮਤਿਹਾਨ ਲੈਣ ਵਾਸਤੇ ਵੀ ਤੁਹਾਡਾ ਤਾਂ ਜਿੱਤਿਆ ਹੀ ਪਿਆ ਕੰਮ ਵੇਖੋ ਚਾਰ ਸਵੇਰੇ ਰਾਸ਼ੀ ਕਿੰਨੇ ਕਿੰਨੇ ਇਹ ਮੇਰੇ ਖਾਲ ਕਿਲੋਮੀਟਰ ਤੋਂ ਇੱਕ ਪਾਸੇ ਜ਼ਿਆਦਾ ਸੀ ਦੂਜੇ ਪਾਸੇ ਡੇਢ ਕਿਲੋਮੀਟਰ ਚੌਂਕ ਚਾਰ ਸਵੇਰਾ ਹੀ ਤਰਕ ਜਿੰਨੀਆਂ ਸੜਕਾਂ ਭਰੀਆਂ ਪਈਆਂ ਸੀ ਵੇਖ ਕੇ ਉਹ ਵੀ ਉਹ ਵੀ ਮੈਨੂੰ ਇਹ ਲਫ਼ਜ਼ ਕਹਿੰਦੇ ਕਿ ਕਟਾਰੀਆ ਤੂੰ ਜਾਣ ਕੇ ਸਾਨੂੰ ਇੱਥੇ ਸੱਦਿਆ ਸਿਰਫ ਲੋਕਾਂ ਦੇ ਵਿੱਚ ਵੇ ਤ ਤੁਸੀਂ ਮੇਰਾ ਇਮਤਿਹਾਨ ਲੈਣਾ ਚਾਹੁੰਦੇ ਜੀ ਤੁਹਾਡੇ ਨਾਲ ਵਰਕਰ ਜੁੜੇ ਇੰਨੇ ਨੇ ਕਟਾਰੀਆ ਸਾਹਿਬ ਤੁਸੀਂ ਇੱਕ ਵਾਰ ਕਾਂਗਰਸ ਤੋਂ ਬਤੌਰ ਐਮਐਲਏ ਰਹੇ ਹੋ ਪਰ ਦੂਜੀ ਵਾਰੀ ਹਾਰਨ ਦਾ ਕਾਰਨ ਕੀ ਏ ਵੀ ਤੁਸੀਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰੇ ਸੋ ਭਾਈ ਜੀ ਦੇਖੋ ਜਦੋਂ ਐ ਐਮਐਲਏ ਤਾਂ ਬਣ ਗਿਆ ਮੈਂ ਪਰ ਲੋਕਾਂ ਨੂੰ ਆਸ ਹੁੰਦੀ ਆ ਬਹੁਤ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਉਹ ਤਾਂ ਕਹਿੰਦੇ ਭਾਈ ਜੀ ਅਸੀਂ ਤਾਂ ਤੈਨੂੰ ਐਮਐਲਏ ਬਣਾਤਾ ਤੇ ਪਰ ਇਹ ਆ ਵੀ ਜਿਦੀ ਤੁਹਾਨੂੰ ਪਤਾ ਸਰਕਾਰ ਹੋਵੇ ਕੰਮ ਤਾਂ ਉਹਦੇ ਹੁੰਦੇ ਆ ਉਸ ਟਾਈਮ ਸਰਕਾਰ ਸੀ ਕਾਲੀ ਦਲ ਦੀ ਤੇ ਜਦੋਂ ਪਹਿਲਾਂ ਉਸ ਤੋਂ ਉਦੋਂ ਮੌਕਾ ਨਹੀਂ ਮਿਲਿਆ ਜਦੋਂ ਮੌਕਾ ਮਿਲਿਆ ਸਰਕਾਰ ਦੂਜੀ ਤੇ ਜਦੋਂ ਸਰਕਾਰ ਕਾਂਗਰਸ ਦੀ ਉਦੋਂ ਕੁਲਦੀਪ ਭੁੱਲਰ ਦੇ ਹੱਥ ਚ ਬਾਗ ਡੋਰ ਸੀ ਮੈਨੂੰ ਤਾਂ ਇੱਕ ਵਾਰ ਵੀ ਸਰਕਾਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੀ ਨਹੀਂ ਐਤ ਕੀ ਮਾਲਕ ਸੱਚੇ ਪਾਸ਼ਾ ਕਿਰਪਾ ਕਰੇ ਹੋ ਗਈ ਆ ਵੈਸੇ ਤੇ ਮੌਕਾ ਇਸ ਵਾਰ ਵੀ ਮੰਨ ਲਓ ਉੱਪਰ ਸਰਕਾਰ ਤੁਹਾਡੀ ਨਹੀਂ ਆਉਂਦੀ ਲੋਕ ਜਿੱਤ ਤੁਹਾਡੀ ਝੋਲੀ ਚ ਪਾ ਦਿੰਦੇ ਤੇ ਫਿਰ ਇਹ ਲਾਂਮਾ ਤੇ ਫਿਰ ਲੋਕਾਂ ਦਾ ਉਹੀ ਰਿਆ ਨਹੀਂ ਜੇ ਐਤ ਕੀ ਹੋਣਾ ਹੀ ਨਹੀਂ ਐਵੇਂ ਐਤ ਕੀ 100 ਕੀ 200% ਸਰਕਾਰ ਵੀ ਬਣ ਜਾ ਰਹੀ ਆ ਤੇ ਵਾਹਿਗੁਰੂ ਨੇ ਕਿਰਪਾ ਕਰਤੀ ਇੱਥੋਂ ਵੀ ਅਸੀਂ ਚੰਗੇ ਮਾਰ ਜਨਾਂ ਜਿੱਤਾਂਗੇ ਤੇ ਲੋਕਾਂ ਦੀਆਂ ਜਿੰਨੀਆਂ ਵੀ ਆਸਾਂ ਉਮੀਦਾਂ ਤੇ ਫਿਰ ਐ ਪੂਰਾ ਉਤਰਾਂਗੇ ਪੰਜਾਬ ਤਾਂ ਕੀ ਜੇ ਹਿੰਦੁਸਤਾਨ ਦੇ ਲੋਕ ਜੀਰਾ ਹਲਕਾ ਵੇਖਣ ਦਾ ਆਉਣ ਤੇ ਸਵਾਦ ਕੀ ਆਇਆ ਤੇ ਫਿਰ ਨਰੇਸ਼ ਕੁਟਾਰੀਆ ਜੋ ਤੁਸੀਂ ਸਜ਼ਾ ਜਨਤਾ ਦਊਗੀ ਮੈਂ ਭੁਗਤਾਂਗਾ ਕਿਟਾਰੀਆ ਸਭ ਤੁਸੀਂ ਆਉਣ ਕੈਮਰਾ کہہ ਰਹੇ ਚੁਣੌਤੀਆਂ ਬੜੀਆਂ ਨੇ ਕਿਉਂਕਿ ਜਿਹੜੇ ਹਲਕੇ ਦੇ ਵਿੱਚ ਤੁਸੀਂ ਓ ਸਭ ਤੋਂ ਵੱਡੀ ਮਾਈਨਿੰਗ ਰੇਤਾ ਦੀ ਚੋਰੀ ਬਜਾਰੀ ਸਭ ਤੋਂ ਵੱਧ ਇੱਥੇ ਹੈ ਔਰ ਸਭ ਤੋਂ ਵੱਧ ਨਸ਼ਾ ਸਰਵੇ ਮੁਤਾਬਕ ਪਾਇਆ ਗਿਆ ਵੀ ਸਭ ਤੋਂ ਵੱਧ ਨਸ਼ਾ ਤੁਹਾਡੇ ਹਲਕੇ ਦੇ ਵਿੱਚ ਚੁਣੌਤੀਆਂ ਤੁਹਾਡੇ ਸਾਹਮਣੇ ਬੜੀਆਂ ਦਰਪੇਸ਼ ਨੇ ਪਰ ਮੈਂ ਆਪਦੇ ਹੱਥੇ ਮੈਨੂੰ ਪਤਾ ਵਾ ਕਿਉਂਕਿ ਮੈਨੂੰ 34 35 ਸਾਲ ਹੋ ਗਏ ਆ ਰਾਜਨੀਤੀ ਦੇ ਵਿੱਚ ਮੈਂ ਇਸ ਗੱਲ ਦਾ ਬਿਲਕੁਲ ਮੈਨੂੰ ਗਰੰਟੀ ਆ ਵੀ ਚੁਣੌਤੀਆਂ ਇਹ ਕੱਲੀਆਂ ਨਹੀਂ ਨਸ਼ਾ ਪਰ ਕੇਜਰੀਵਾਲ ਜੀ ਨੇ ਵੀ ਇਹ ਗੱਲ ਕਹੀ ਆ ਸਭ ਤੋਂ ਪਹਿਲਾਂ ਸੀ ਨਸ਼ਾ ਖਤਮ ਕਰਨਾ ਤੇ ਮੇਰਾ ਵੀ ਮਾਨਾ ਬਾਈ ਜੀ ਮੈਂ ਤਾਂ ਹੁਣ ਪਿੰਡਾਂ ਚ ਜਾਂਦਾ ਰਿਆਂ ਜਿਹੜੇ ਪਿੰਡ ਜਾਂਦਾ ਸੀ ਬੀਬੀਆਂ ਹੱਥ ਜੋੜ ਕੇ ਖੜ ਜਾਂਦੀਆਂ ਪੁੱਤ ਕੁਛ ਨਹੀਂ ਚਾਹੀਦਾ ਸਾਨੂੰ ਆ ਸਾਨੂੰ ਤਾਂ ਚਿੱਟਾ ਬੰਦ ਕਰ ਦਿਓ ਤੇ ਜਦੋਂ ਰੋਂਦੀਆਂ ਬੀਬੀਆਂ ਨਾ ਉਹਦਾ ਮਨ ਵਿੱਚ ਐ ਆਉਂਦੀ ਸੀ ਅੱਗ ਵਰਦੀ ਸੀ ਵੀ ਜੀ ਕਰਦਾ ਮੈਂ ਜਿਹੜਾ ਬੰਦਾ ਇਹ ਕੰਮ ਕਰਦਾ ਉਹਨੂੰ ਮਾਰ ਹੀ ਦਵਾਂ ਐਨਾ ਗੁੱਸਾ ਆਉਂਦਾ ਸੀ ਬਿਲਕੁਲ ਇਸ ਹਲਕੇ ਦੇ ਵਿੱਚ ਸਭ ਤੋਂ ਵੱਧ ਮੌਤਾਂ ਪਾਈਆਂ ਗਈਆਂ ਚਿੱਟੇ ਦੇ ਨਾਲ ਪੰਜਾਬ ਦੇ ਵਿੱਚ ਸਰਵੇ ਹੋਇਆ ਸਭ ਤੋਂ ਵੱਧ ਜੇ ਮੌਤਾਂ ਹੋਈਆਂ ਤੇ ਤੁਹਾਡੇ ਜੀਰੇ ਹਲਕੇ ਦੇ ਵਿੱਚ ਚਿੱਟੇ ਨਾਲ ਹੋਈਆਂ ਬਿਲਕੁਲ ਕੋਈ ਸ਼ੱਕ ਨਹੀਂ ਕੋਈ ਦੇ ਨਾਗਾ ਨਹੀਂ ਹਜੇ ਕੀ ਲੋਕ ਡਰਦੇ ਇਹ ਵੀ ਬਨਾਮੀ ਤੋਂ ਪੇਪਰ ਚ ਨਹੀਂ ਦਿੰਦੇ ਪਰ ਜਿੰਨੀਆਂ ਮੌਤਾਂ ਮੇਰੇ ਖਾ ਪੰਜਾਬ ਕੀ ਹਿੰਦੁਸਤਾਨ ਚ ਸਭ ਤੋਂ ਵੱਧ ਮੌਤਾਂ ਜੀਰੇਲਕੇ ਚ ਹੋਈਆਂ ਨਸ਼ੇ ਨਾਲ ਕੋਈ ਟੀ ਗੱਲ ਆਉਂਦਾ ਉਸ ਦਿਨ ਵੀ ਅਜੇ ਜਦਨ ਇਲੈਕਸ਼ਨ ਹੋ ਗਏ ਤੇ ਅਗਲੇ ਦਿਨ ਉਹ ਟੀ ਗੱਲ ਆਉਣਾ ਲਾਉਂਦਾ ਵਿੱਚੇ ਟੀ ਗਾ ਰਹਿ ਗਿਆ ਹੁੰਦੇ ਤਾਂ ਬਹੁਤ ਜ਼ਿਆਦੀਆਂ ਮੌਤਾਂ ਪਰ ਕੁਝ ਪੇਪਰਾਂ ਚ ਆ ਜਾਂਦਾ ਕਿਵੇਂ ਚਿੱਟੇ ਨੂੰ ਕਿਵੇਂ ਠੱਲ ਪਾਉਗੇ ਨਸ਼ੇ ਨਾਲ ਬਿਲਕੁਲ ਜੀ ਕੇਜਰੀਵਾਲ ਜੀ ਦਾ ਵੀ ਬਿਆਨ ਆ ਪਰ ਮੇਰਾ ਆਪਦਾ ਵੀ ਬਿਆਨ ਸਭ ਤੋਂ ਪਹਿਲਾਂ ਅਸੀਂ ਚਿੱਟੇ ਆਸਤੇ ਨਿੱਕੀਵਾਲ ਸਾਹਿਬ ਦੇ ਕਹਿੰਦੇ ਵੀ ਨਸ਼ਾ ਪੰਜਾਬ ਦੀ ਸਮੱਸਿਆ ਹੀ ਨਹੀਂ ਨਹੀਂ ਇੱਥੇ ਸਾਨੂੰ ਆਪ ਜਦੋਂ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਉਹਨਾਂ ਨੇ ਇਹ ਲਫ਼ਜ਼ ਕਹਿਆ ਵੀ ਅਸੀਂ ਸਭ ਤੋਂ ਪਹਿਲਾਂ ਚਿੱਟਾ ਬੰਦ ਕਰਨ ਤੇ ਪੂਰਾ ਜ਼ੋਰ ਲਾ ਦੇਣਾ ਉਹ ਚਲੋ ਕਰਨ ਦਾ ਕਰਨ ਉਹਨਾਂ ਨੇ ਵੈਸੇ ਮੇਰੇ ਨਾਲ ਇਹ ਗੱਲ ਕੀਤੀ ਆ ਨਸ਼ਾ ਬੰਦ ਕਰਾਂਗੇ ਚਿੱਟਾ ਜੀ ਬਾਰ ਵੀ ਉਹਨਾਂ ਨੇ ਮਜੀਠੀਏ ਨਾਲ ਵੀ ਕੀਤੀ ਸੀ ਕੇਸ ਵੀ ਦਾਇਰ ਕੀਤਾ ਸੀ ਮਗਰੋਂ ਫਿਰ ਛੱਡ ਗਏ ਕਿਤੇ ਇਸ ਵਾਰ ਤੇ ਨਹੀਂ ਉਹ ਉਵੇਂ ਹੋਏਗਾ ਭਾਈ ਜੀ ਬਿਲਕੁਲ ਉਵੇਂ ਨਹੀਂ ਹੋਊਗਾ ਉਹ ਕਰ ਨਾ ਕਰਨ ਮੈਂ ਸ਼ੰਤਾਨਾ ਵਾਦਾ ਕਰਦਾ ਮੈਂ ਚਿੱਟਾ ਇੱਥੇ ਵੇਖਣ ਨੂੰ ਨਹੀਂ ਲੱਭੂਗਾ ਤੁਸੀਂ ਤਰਸਣਗੇ ਲੋਕ ਕਿਤੇ ਚਿੱਟਾ ਹੁੰਦਾ ਕਿਹੋ ਜਿਹਾ ਸੀਗਾ ਜਿਹੜੇ ਨਵੀਂ ਪੀੜ੍ਹੀ ਪਰ ਚਿੱਟਾ ਬੰਦ ਕਰੂੰਗਾ ਉਦੋਂ ਬਾਅਦ ਪਿੰਡ ਪਿੰਡ ਗਰਾਊਂਡਾਂ ਬਣਾਉਂਗਾ ਕਿਉਂਕਿ ਚਿੱਟੇ ਨੂੰ ਬੰਦ ਕਰਨ ਵਾਸਤੇ ਗਰਾਊਂਡਾਂ ਵੀ ਬੜੀਆਂ ਜ਼ਰੂਰੀ ਹੈ ਗਰਾਊਂਡਾਂ ਦਾ ਤੇ ਚੰਗੇ ਹਸਪਤਾਲ ਚੰਗੇ ਸਕੂਲ ਤੇ ਨਿੱਕੀਆਂ ਨਿੱਕੀਆਂ ਸਹੂਲਤਾਂ ਤਾਂ ਪੁੱਛੋ ਹੀ ਨਾ ਤੁਸੀਂ ਉਹ ਜਿਹੜਾ ਅਸੀਂ ਸੋਚੀ ਬੈਠੇ ਆ ਵੀ ਆਹ ਕਰਨਾ ਜ਼ਿੰਦਗੀ 'ਚ ਪੈਸਾ ਨਹੀਂ ਕਮਾਇਆ ਨਰੇਸ਼ ਕਟਾਰੀਏ ਨੇ ਪਿਆਰ ਕਮਾਇਆ ਅੱਜ ਜੋ ਲੋਕਾਂ ਨੇ ਪਿਆਰ ਦਿੱਤਾ ਇਹਨਾਂ ਨੇ ਕਰੋੜਾਂ ਰੁਪਏ ਕੋਈ ਇੱਕ ਅੱਧਾ ਕਰੋੜ ਨਹੀਂ ਬਹੁਤ ਕਰੋੜਾਂ ਰੁਪਏ ਦੋਨਾਂ ਕੈਂਡੀਡੇਟਾਂ ਨੇ ਵੰਡੇ ਆ ਤੇ ਤੁਹਾਡੇ ਸਾਹਮਣੇ ਵੇਖਿਆ ਜੇ ਰਿਜ਼ਲਟ ਕੀ ਨਿਕਲਦਾ ਕਰੋੜਾਂ ਵੰਡੇ ਨੇ ਬਹੁਤ ਕਰੋੜਾਂ ਇੱਕ ਅੱਧਾ ਕਰੋੜ ਨਹੀਂਗਾ ਸ਼ਰਿਆਮ ਕਿਸੇ ਪੁਲਿਸ ਕਿਉਂਕਿ ਮੁਲਾਜ਼ਮ ਸਾਰੇ ਇਹਨਾਂ ਦੇ ਲੱਗੇ ਸੀਗੇ ਕਿਸੇ ਨੇ ਨਹੀਂ ਫੜਿਆ ਹੋਈ ਫੋਨ ਕਰਦੇ ਰਹੇ ਫਲਾਨੀ ਤਾਂ ਪੈਸੇ ਵੰਡੀ ਜਾਂਦੇ ਫਲਾਨੀ ਕਿਸੇ ਨੇ ਕੁਝ ਨਹੀਂ ਕੀਤਾ ਤੁਸੀਂ ਕਿੰਨੇ ਕੁ ਬੰਦੇ ਨੇ ਅਸੀਂ ਮੈਂ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰੋ ਕੇ ਉਸ ਵਾਹਿਗੁਰੂ ਨੂੰ ਯਾਦ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ 1 ਰੁਪਿਆ ਕਿਤੇ ਵੋਟ ਨੂੰ ਵੋਟ ਵਾਸਤੇ ਮੈਂ ਕਿਸੇ ਨੂੰ ਪੈਸਾ ਦਿੱਤਾ ਹੋਵੇ ਤੇ ਮੇਰਾ ਬੇੜਾ ਗਰਕ ਕਰਦੀ ਮੈਂ ਕੋਈ ਪੈਸਾ ਨਹੀਂ ਦਿੱਤਾ ਟਿਕਟ ਟਿਕਟ ਮੁੱਲ ਲਈ ਕਿਉਂ ਮਿਲੀ ਮੈਂ ਕਹਿੰਦਾ ਜੀ ਟਿਕਟ ਵਾਸਤੇ ਜਾਂ ਵੋਟ ਵਾਸਤੇ ਜਾਂ ਕਿਸੇ ਹੋਰ ਇਹੋ ਜੇ ਗੰਦੇ ਕੰਮ ਵਾਸਤੇ ਪੈਸਾ ਕਿਤੇ ਵੀ ਵਰਤਿਆ ਹੋਵੇ ਤੇ ਮੈਂ ਕਹਿੰਦਾ ਸੱਚਾ ਪਾਸ਼ਾ ਉਹਦਾ ਕੱਖ ਨਾ ਰਵੇ ਮੈਂ ਬਿਲਕੁਲ ਇਮਾਨਦਾਰੀ ਨਾਲ ਇਲੈਕਸ਼ਨ ਲੜਿਆ ਕੋਈ ਪੈਸਾ ਨਹੀਂ ਦਿੱਤਾ ਪਰ ਜੋ ਲੋਕਾਂ ਨੇ ਪਿਆਰ ਦਿੱਤਾ ਮੈਂ ਉਹਦਾ ਮੁੱਲ ਪਾਉਂਗਾ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਮੁਕਾਬਲਾ ਕਿਹਦੇ ਨਾਲ ਸਮਝਦੇ ਸੋ ਕਾਂਗਰਸ ਨਾਲ ਕਿ ਆਕਾਲੀਆਂ ਨਾਲ ਵੈਸੇ ਤਾਂ ਮੈਂ ਦੱਸਾਂ ਜੀ ਮੁਕਾਬਲਾ ਕਿਸੇ ਨਾਲ ਵਣੀਗਾ ਪਰ ਉਹਦੇ ਤੁਹਾਨੂੰ ਕਿਸੇ ਰੇਸ ਚ ਮੰਨਦੇ ਨਹੀਂ ਜਦੋਂ ਉਹਨਾਂ ਨਾਲ ਗੱਲ ਕਰੀਦੀ ਉਹਾਂ ਦੇ ਵੀ ਆਪਨਾ ਤੇ ਸਾਡਾ ਮੁਕਾਬਲਾ ਹੀ ਕੋਈ ਨਹੀਂ ਉਹ ਤਾਂ ਦੋਵੇਂ ਰਲੇ ਹੋਇਆ ਜੀ ਦੋਨੋਂ ਰਲੇ ਆ 100% ਰਲੇ ਆ ਜਿੱਥੇ ਕਈਆਂ ਥਾਵਾਂ ਤੇ ਇਹ ਆਣ ਕੇ ਬੰਦੇ ਦੱਸਦੇ ਹਨਾ ਉਹ ਕਹਿ ਦਿੰਦੇ ਸੀ ਬਾਈ ਜੀ ਚਲੋ ਜੇ ਸਾਨੂੰ ਨਹੀਂ ਨਾ ਪਉਣੀ ਤੇ ਤੁਸੀਂ ਇੰਜ ਕਰੋ ਕਟਾਰੀਏ ਨਾ ਪਾਇਆ ਜੇ ਕਈਆਂ ਥਾਵਾਂ ਤੇ ਕਹਿ ਦਿੰਦੇ ਸੀ ਤੁਸੀਂ ਹੋਰ ਉਹ ਕਲਵੀਰ ਕਹਿੰਦਾ ਸੀ ਚਲੋ ਜੇ ਮੈਨੂੰ ਨਹੀਂ ਨਾ ਪਾਉਣੀ ਤੇ ਤੁਸੀਂ ਝਾੜੂ ਵਾਲੇ ਨਾ ਪਾਇਆ ਜੇ ਤੁਸੀਂ ਹੋਰ ਜਿੰਨੂੰ ਮਰਜ਼ੀ ਪਾ ਦੇ ਜੇ ਹੋਰ ਕਿਨੂੰ ਪਾਉਣੀ ਸੀ ਉਹ ਵੀ ਐਵੇਂ ਕਹਿਦਾ ਉਹ ਵੀ ਐਵੇਂ ਕਹਿੰਦਾ ਦੋਵੇਂ ਜਾਣੇ ਰਲੇ ਹੋਇਆ ਇਹਨਾਂ ਦੀ ਮੀਟਿੰਗ ਮੈਨੂੰ ਪਤਾ ਕਿੱਥੇ ਹੋਈ ਆ ਉਹ ਵੀ ਮੈਨੂੰ ਮੈਂ ਸਾਬਤ ਕਰ ਦੂੰਗਾ ਫਲਾਨੀ ਥਾਂ ਤੇ ਇਹ ਦੋਵੇਂ ਇੱਕ ਦੂਜੇ ਦੇ ਐਸੇ ਦੋਨਾਂ ਨੂੰ ਆਮ ਆਦਮੀ ਪਾਰਟੀ ਡਰਾ ਰਹੀ ਆ ਵੀ ਕਿਤੇ ਜੇ ਕਿਤੇ ਆਮ ਆਦਮੀ ਪਾਰਟੀ ਆ ਗਈ ਤੇ ਫੇਰ ਇਹ ਭੁੱਲ ਜਾਣ ਸਾਰੀ ਜ਼ਿੰਦਗੀ ਇੱਥੋਂ ਜਿੰਨਾ ਚਿਰ ਕੇਜਰੀਵਾਲ ਜਿਉਂਦਾ ਉਹਨਾਂ ਚਿਰ ਹੋਰ ਕੋਈ ਪਾਰਟੀ ਆ ਹੀ ਨਹੀਂ ਸਕਦੀ ਦੇਖ ਲੈ ਇਹ 25 25 ਸਾਲ ਹੋਰ ਅਜੇ ਸਫਰ ਕਰਨਾ ਕਿਹੜੇ 25 ਸਾਲ ਦੀ ਗੱਲ ਕਰਦੇ ਆ ਜੀ ਉਹ 25 25 ਦਿਨ ਨਹੀਂ ਮਿਲਨੇ 25 ਸਾਲ ਤੱਕ ਕਿਤੇ ਰਹਿ ਗਏ ਆ ਇਹ ਤਾਂ ਇੱਕ ਦਲੀਲਾਂ ਦੇ ਕੜਾਚ ਜਿਵੇਂ ਕਹਿੰਦੇ ਰਸਤਾ ਘਾਟਾ ਨਹੀਂ ਪਾਉਣਾ ਇਹੋ ਜੀਆਂ ਥੁੱਕ ਨਾਲ ਬੜੇ ਥੋੜੀ ਪੱਕਦੇ ਆ ਇਹ ਥੁੱਕੀ ਬੜੇ ਪਕਾਉਂਦੇ ਆ ਤੁਹਾਡੀ ਇਮਾਨਦਾਰੀ ਔਰ ਨਿਮਰਤਾ ਨੂੰ ਬਹੁਤ ਵੋਟ ਪਈ ਏ ਕਿਉਂਕਿ ਅਸੀਂ ਸਰਵੇ ਕੀਤਾ ਕਹਿੰਦੇ ਯਾਰ ਬੰਦਾ ਇਮਾਨਦਾਰ ਐ ਨਿਮਰਤਾ ਹੱਤ ਦਰਜੇ ਦੀ ਐ ਕਿਤੇ ਪਾਵਰ ਚ ਆ ਕੇ ਨਿਮਰਤਾ ਤੇ ਇਮਾਨਦਾਰੀ ਖੰਭ ਲਾ ਕੇ ਦੇ ਨੇ ਉਡੂਗੀ ਬਿਲਕੁਲ ਜੀ ਮੈਂ ਉਹ ਆਪਣੇ ਮੂੰਹ ਕਰਨਾ ਨਹੀਂ ਚਾਹੁੰਦਾ ਬਿਆਨ ਜਦੋਂ ਐਮ ਐਲ ਏ ਬਣਿਆ ਸੀ ਨਾ ਹੂੰ ਉਸ ਤੋਂ ਵੀ ਜੇ ਮੈਂ ਕਿਤੇ ਚਲੋ ਮੈਂ ਸਹਾਨ ਨਹੀਂ ਕਰਦਾ ਗੱਲ ਕਹਿਣ ਹੀ ਨਹੀਂ ਚਾਹੀਦੀ ਵੈਸੇ ਮੈਂ ਕਿਤੇ ਪਹਿਲਾਂ ਤਾਂ ਸਸਕਾਰ ਤੇ ਵੀ ਜਾਂਦਾ ਸੀ ਭੋਗ ਤੇ ਵੀ ਜਾਂਦਾ ਸੀ ਜਦੋਂ ਮਾਲਕ ਨੇ ਕਿਰਪਾ ਕੀਤੀ ਐਮਐਲਏ ਬਣਾਇਆ ਉਸ ਤੋਂ ਬਾਅਦ ਮੇਰੇ ਖਿਆਲ ਆ ਵੀ ਮੈਂ ਕੋਈ ਅਰਥੀ ਹੋਊਗੀ ਜਿਹਨੂੰ ਮੋੜਾ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਹੁਣ ਵੀ ਪ੍ਰਮਾਤਮਾ ਕਿਰਪਾ ਕਰੇ ਹੋ ਜਾਣੀ ਆ ਮੈਨੂੰ ਪੂਰੀ ਆਸ ਹੈ ਤੇ ਉਦੋਂ ਵੀ ਜਾ ਕੇ ਜੇ ਅਕੇ ਨਰੇਸ਼ ਕੁਟਾਰੀਆ ਪੈਰਾਂ ਨੂੰ ਹੱਥ ਲਾਉਂਦਾ ਸੀ ਹੁਣ ਪੈਰਾਂ ਦੇ ਵਿੱਚ ਲੰਮੇ ਪੈਗੇ ਹੱਥ ਲਾਇਆ ਕਰੂੰਗਾ ਇਹ ਇਹਨਾਂ ਵਾਂਗੂ ਨਹੀਂਗਾ ਇਹ ਤਾਂ ਜੀ ਇਹ ਤਾਂ ਸਿਪਾਈਆਂ ਦੇ ਸਿਪਾਈ ਜੇ ਕੋਈ ਬਜ਼ੁਰਗ ਆ ਤੇ ਪੈਰੀ ਹੱਥ ਲਾਉਣਾ ਕੋ ਮਾੜੀ ਗੱਲ ਥੋੜੀ ਹੈ ਜੇ ਪੈਰੀ ਹੱਥ ਲਾਉਣਾ ਕੀ ਹੈ ਜੀ ਉਹ ਤਾਂ ਜੀ ਨਸ਼ੇ ਨਾਲ ਰੱਜ ਲੈਂਦਾ ਵਿਰੋਧੀਆਂ ਦੇ ਕਹਿੰਦੇ ਵੀ ਵੇਖੋ ਵੋਟਾਂ ਤੋਂ ਪਹਿਲਾਂ ਸਾਰੇ ਹੱਥ ਜੋੜ ਦੇਣੇ ਜਿੱਤਣ ਤੋਂ ਬਾਅਦ ਵੇਖਾਂਗੇ ਬਿਲਕੁਲ ਇਹ 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 ਤਾਂ ਗੱਲ ਵਕਈ ਸਚਾਈ ਆ ਜਦੋਂ ਜਿੱਤ ਜਾਂਦੇ ਉਦੋਂ ਸਭ ਭੁੱਲ ਜਾਂਦੇ ਆ ਵੀ ਪੈਰੀ ਹੱਥ ਲਾਉਣੇ ਪਰ ਤੁਹਾਡੇ ਸਾਹਮਣੇ ਇੱਥੇ ਹੀ ਹੋਣਾ ਵਾ ਤੇ ਇਹ ਕਿਹੜਾ ਕੋਈ ਜਿਆਦਾ ਦਿਨ ਰਹਿ ਗਿਆ ਨਰੇਸ਼ ਕਟਾਰੀਆ ਉਦੋਂ ਵੀ ਜਿਆਦਾ ਲਿਫ ਕੇ ਪੈਰੀ ਹੱਥ ਲਾਉ ਉਦੋਂ ਵੀ ਜਿਆਦਾ ਨਿਉਂਗਾ ਤੇ ਮੈਨੂੰ ਅੱਗੇ ਜਿਵੇਂ ਕਹਿੰਦੇ ਨੀਵੀਆਂ 베ਰੀਆਂ ਨੂੰ ਫਲ ਲੱਗਦਾ ਮੈਨੂੰ ਤਾਂ ਉਸ ਮਾਲਕ ਨੇ ਸੱਚੇ ਪਾਤਸ਼ਾਹ ਨੇ ਬਹੁਤ ਜਿੰਨਾ ਕਹਿ ਦਈਏ ਉਨਾ ਹੀ ਥੋੜਾ ਵਾ ਮੈਂ ਕੋਈ ਇਸ ਕਾਬਲ ਨਹੀਂ ਸੀਗਾ ਜਿਸ ਕਾਬਲ ਪ੍ਰਮਾਤਮਾ ਨੇ ਮੈਨੂੰ ਸਮਝ ਕੇ ਤਾਂ ਐਡਾ ਵੱਡਾ ਰਤਬਾ ਦਿੱਤਾ ਅੱਜ ਇਲਾਕੇ ਦੇ ਵਿੱਚ ਵੀ ਕਿਤੇ ਚਲੇ ਜਾਓ ਹਰ ਥਾਂ ਤੇ ਇਹ ਹੀ ਗੱਲ ਹੁੰਦੀ ਆ ਬਾਕੀ ਠੀਕ ਆ ਚਲੋ ਪੈਸਾ ਇਹਨਾਂ ਨੇ ਬਹੁਤ ਵੰਡਿਆ ਕੋਈ ਸ਼ੱਕ ਨਹੀਂ ਲੋਕੀ ਤਾਂ ਇੱਥੋਂ ਤੱਕ ਦੱਸਦੇ ਆ ਵੀ ਦੋਵਾਂ ਨੇ 22-25 ਕਰੋੜ ਇੱਕ ਇੱਕ ਕੈਂਡੀਡੇਟ ਨੇ ਵੰਟਿਆ ਅੱਛਾ 50 ਕਰੋੜ ਰੁਪਈਆ ਮੂੰਹ ਨਾ ਕਹਿ ਦੇਣਾ ਦੋਨਾਂ ਕੈਂਡੀਡੇਟਾਂ ਨੇ ਵੰਡ ਕੇ ਤੇ ਇੱਥੋਂ ਤੱਕ ਪਹੁੰਚੇ ਆ ਤੇ ਨਰੇਸ਼ ਕਟਾਰਗਿਆ ਨੇ ਚੁਆਨੀ ਵਣੀ ਦੇ ਕਿਤੇ ਅੱਜ ਤੱਕ ਪੈਸਾ ਵੰਡਿਆ ਨਹੀਂ ਨਾ ਮੈਂ ਤਾਂ ਸਟੇਜਾਂ ਤੇ ਕਹਿੰਦਾ ਸੀ ਭਰਾਓ ਮੇਰੇ ਕੋਲੇ ਪੈਸੇ ਨਹੀਂ ਜੇ ਮੇਰੇ ਕੋ ਤਾਂ ਕੰਮ ਲਵਿਆ ਜੇ ਜਿੰਨਾ ਮਰਜੀ ਭਵੇਂ ਦਿਨ ਰਾਤ ਇੱਕ ਕਰ ਦੂੰਗਾ ਤੁਹਾਡੀ ਸੇਵਾ 'ਚ ਹਾਜ਼ਰ ਰਹੂੰਗਾ ਇਹ ਨਾ ਵੰਗੂਣੀਆਂ ਆਮ ਹੀ ਤੁਸੀਂ ਹਲਕੇ 'ਚ ਚਲੇ ਜਾਓ ਹਰ ਇੱਕ ਬੰਦਾ ਕਹੂਗਾ ਵੀ ਜਦੋਂ ਮੈਂ ਬਣ ਗਏ ਉਸ ਤੋਂ ਬਾਅਦ ਇਹਨਾਂ ਨੇ ਫੋਨ ਹੀ ਨਹੀਂ ਕਿਸਦਾ ਚੱਕਿਆ ਤੇ ਹੁਣ ਇਸੇ ਤਰ੍ਹਾਂ ਹੀ ਦੋਵਾਂ ਨੇ ਨਹੀਂ ਲੱਭਣਾ ਉਹ ਇੱਥੇ ਉਂਝ ਨਹੀਂ ਉਹਨਾਂ ਨੇ ਆਉਣਾ ਤੇ ਇਹ ਇਹ ਤਾਂ ਐਮਐਲਏ ਜਿਵੇਂ ਨਾ ਉਹ ਅਜੇ ਐਵੇਂ ਥੋੜੀ ਕਹਿਣ ਦੇ ਸਿਆਣੇ ਕਹਿੰਦੇ ਆ ਇਹ ਯਾਰ ਚਿੱਟੇ ਮੇਰੇ ਧੁੱਪ ਨਾਲ ਥੋੜੀ ਆ ਗਏ ਆ ਇਹ ਉਹ ਉਮਰ ਦੇ ਲਿਆ ਨਾਲ ਆਉਂਦੇ ਆ ਤੇ ਇਹਦੀ ਹਜੇ ਉਮਰ ਨਹੀਂ ਸੀ ਠੀਕ ਆ ਇਹ ਪਹਿਲੀ ਵਾਰੀ ਖੜੋਤਾ ਪਹਿਲੀ ਵਾਰੀ ਐਮਐਲਏ ਬਣ ਗਿਆ ਪਹਿਲੀ ਵਾਰ ਚ ਹੀ ਸਰਕਾਰ ਬਣ ਗਈ ਮੈਨੂੰ 34 35 ਸਾਲ ਹੋ ਗਏ ਸੇਵਾ ਕਰਦੇ ਨੂੰ ਚਲੋ ਮੌਕਾ ਨਹੀਂ ਮਿਲਿਆ ਐਤਕੀ ਬਹੁਤ ਉਮੀਦ ਆ ਵੀ ਸਰਕਾਰ ਵੀ ਬਣ ਜਾ ਰਹੀ ਆ ਤੇ ਮਾਲਕ ਨੇ ਮੇਰੇ ਤੇ ਵੀ ਕਿਰਪਾ ਕਰ ਦੇਣੀ ਆ ਤੇ ਫਿਰ ਮੈਂ ਕੰਮ ਕਰਕੇ ਵਿਖਾਉਂਗਾ ਇਹਨਾਂ ਨੂੰ ਗੱਲਾਂ ਨਹੀਂ ਕਰੂੰਗਾ ਤੁਸੀਂ ਕਹਿੰਦੇ ਵੀ ਸਰਕਾਰ ਬਣ ਜਾ ਰਹੀ ਠੀਕ ਹੈ ਹਰੇਕ ਚੈਨਲ ਦਾ ਸਰਵੇ ਵੀ ਕਹਿ ਰਿਹਾ ਵੀ ਸਰਕਾਰ ਆਪਦੀ ਹੋਣ ਚਾ ਰਹੀ ਏ ਇਹਦੇ ਕੋਈ ਸ਼ੱਕ ਨਹੀਂ ਹੈ ਤੁਹਾਡੀ ਕੇਜਰੀਵਾਲ ਸਾਹਿਬ ਨਾਲ ਵੀ ਬੜੀ ਨੇੜਤਾ ਹੈ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੈਬਨਟ ਵਿੱਚ ਵੀ ਸ਼ਾਮਲ ਕਰਨਗੇ ਨਹੀਂ ਜੀ ਮੈਂ ਇਸ ਗੱਲ ਤੇ ਨਹੀਂ ਕੁਝ ਕਹਿ ਸਕਦਾ ਨਾ ਹੀ ਮੈਂ ਮੰਗਣੀ ਆ ਤੇ ਨਾ ਹੀ ਮੈਂ ਤਾਂ ਸਗੋਂ ਉਹਨਾਂ ਨੂੰ ਕਹਿਣਾ ਵੀ ਜੇ ਕੋਈ ਨਾਰਾਜ਼ ਹੁੰਦਾ ਤੇ ਉਹਨੂੰ ਦੇ ਦਿਆ ਜੇ ਮੈਨੂੰ ਨਹੀਂ ਲੋੜ ਹੈਗੀ ਮੈਂ ਤਾਂ ਸੇਵਾ ਕਰਨੀ ਆ ਐਮਐਲਏ ਬਣ ਕੇ ਵੀ ਬੰਦਾ ਸੇਵਾ ਕਰ ਸਕਦਾ ਤੇ ਜੇ ਕੋਈ ਨਾਰਾਜ਼ ਹੁੰਦਾ ਹੋਇਆ ਤੇ ਉਹਨੂੰ ਦੇ ਦਿਆ ਜੇ ਮੈਨੂੰ ਨਹੀਂ ਕੋਈ ਲੋੜ ਹੈ ਕੈਬਨਟ ਦੀ ਮੈਂ ਐਮਐਲਏ ਬਹੁਤ ਆ ਮਾਲਕ ਸੱਚੇ ਪਾਸ਼ਾ ਕਿਰਪਾ ਕਰਦੇ ਮੈਂ ਇੰਨੇ ਜੀ ਖੁਸ਼ ਹਾਂ ਨਾ ਕੇਜਰੀਵਾਲ ਸਾਹਿਬ ਨਾਲ ਤੁਹਾਡੀ ਬੜੀ ਨੇੜਤਾ ਜਿਵੇਂ ਕਹਿੰਦੇ ਸੀ ਬਾਦਲ ਸਾਹਿਬ ਦੇ ਹੈਲੀਕਾਪਟਰ ਤੇ ਝੂਟੇ ਲਏ ਨੇ ਕਿ ਕੇਜਰੀਵਾਲ ਸਾਹਿਬ ਨੇ ਝੂਟੇ ਦਵਾਏ ਕਿ ਨਹੀਂ ਕੋਈ ਉਹ ਤਾਂ ਚਲੋ ਜੀ ਹੁਣ ਮਾਲਕ ਨੂੰ ਪਤਾ ਜਾ ਉਹਨਾਂ ਨੂੰ ਪਤਾ ਕੀ ਕਿ ਦਿੰਦੇ ਆ ਪਰ ਮੈਂ ਐਮਐਲਏ ਬਣ ਕੇ ਬਹੁਤ ਖੁਸ਼ ਆ ਜੀ ਮੈਂ ਇਦੋਂ ਗਾਣ ਮੈਂ 18 ਦਿਨ ਤੁਹਾਨੂੰ ਮਿਲ ਗਏ ਸੋਚਣ ਵਾਸਤੇ ਕਿਉਂਕਿ ਇਦੋਂ ਪਹਿਲਾਂ ਵੀ ਤੁਸੀਂ ਬੜੀ ਭੱਜ ਦੌੜ ਰਹੀ ਦਿਨ ਰਾਤ ਰਹੀ ਏ ਸਿਰ ਧੜ ਦੀ ਬਾਜੀ ਵੀ ਲਾਈ ਇਹ 18 ਦਿਨ ਤੁਹਾਨੂੰ ਮਿਲੇ ਨੇ ਬਾਅਦ ਚ ਫਿਰ ਤੁਸੀਂ ਪਾਵਰ ਚਾਰਜ ਜਾਂ ਜ਼ਿੰਮੇਵਾਰੀਆਂ ਬਹੁਤ ਪੈ ਜਾਣੀਆਂ ਇਹ 18 ਦਿਨਾਂ ਦੇ ਵਿੱਚ ਤੁਸੀਂ ਕੀ ਘੋਖਿਆ ਵੀ ਆਪਣੇ ਕਿਹੜੇ ਬਗਾਨੇ ਕਿਹੜੇ ਕਿ ਕੀ ਇਹੋ ਜਿਹੇ 18 ਦਿਨਾਂ ਚ ਤੁਸੀਂ ਸੋਚਿਆ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਹਰ ਇੱਕ ਕੈਂਡੀਡੇਟ ਸਰਵੇ ਕਰਦਾ ਮੈਂ ਕੱਲਾ ਬੰਦਾ ਜਿੰਨੇ ਸਰਵਾ ਨਹੀਂ ਕੀਤਾ ਤਾਂ ਨਾਮ ਆ ਕੋਈ ਲਿਖਿਆ ਵਾ ਜਿੰਨੇ ਕੋਈ ਆਣ ਕੇ ਹਾਂ ਵੀ ਫਲਾਣੇ ਪਿੰਡ ਚ ਕਿੰਨੀ ਪਈ ਕਿੰਨੂੰ ਐਨੀ ਪਈ ਮੈਂ ਨਹੀਂ ਪੁੱਛਿਆ ਕਿਸ ਨੂੰ ਠੀਕ ਆ ਪੈ ਗਈ ਮੈਂ ਲਿਖਿਆ ਨਹੀਂ ਗਾ ਜੋ ਮਾਲਕ ਨੇ ਕਰਨਾ ਮੈਨੂੰ ਉਸ ਮਾਲਕ ਤੇ ਭਰੋਸਾ ਜਿੱਥੇ ਰੱਖਣਾ ਉਹਨੇ ਉੱਥੇ ਰੱਖਣਾ ਮੈਂ ਸਾਰਾ ਜ਼ਿੰਦਗੀ ਦੇ ਸਾਰੇ ਪੜਾ ਵੇਖ ਲਿਆ ਜਦੋਂ ਉਹਨੇ ਐਮਐਲਏ ਬਣਾਇਆ ਸੀ ਕੋਈ ਪੈਸਾ ਨਹੀਂ ਲੱਗਨ ਦਿੱਤਾ ਸੀ ਘਰੇ ਬੈਠੇ ਨੂੰ ਮੈਂ ਨਰੇਸ਼ ਕੁਟਾਰੀਆ ਟਿਕਟ ਲੈਣ ਨਹੀਂ ਗਿਆ ਪੰਜਾਬ ਚੋਂ ਪਹਿਲਾ ਬੰਦਾ ਮੈਂ ਜਿਹੜਾ ਮੈਂ ਟਿਕਟ ਮੰਗਣ ਨਹੀਂ ਗਿਆ 2007 ਚ ਤੇ ਘਰੇ ਬੈਠਿਆ ਉਹਨਾਂ ਨੇ ਆਪਣੇ ਆਪ ਭੇਜੀ ਆਹ ਲੋ ਜੀ ਥੌਟੀ ਲੈਟਰ ਤੇ ਉਹਦੀ ਕਿਰਪਾ ਨਾਲ ਪੈਸਿਆਂ ਤੋਂ ਬਿਨਾ ਐਮਐਲਏ ਬਣਿਆ ਸੀ ਉਸ ਟਾਈਮ ਤੇ ਇਸ ਵਾਰੀ ਵੀ ਉਦੋਂ ਵੀ ਕਾਂਗਰਸ ਦੇ ਪੈਰ ਤੁਸੀਂ ਲਾਏ ਜੇ ਇਸ ਵਾਰ ਜਿੱਤ ਉਹਦੇ ਆਪ ਦੇ ਪੈਰ ਵੀ ਮੈਨੂੰ ਲੱਗਦਾ ਵੀ ਹਲਕੇ ਤੁਸੀਂ ਜਾਉਨੇ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਇਹ ਕੈਂਡੀਡੇਟ ਦੋਨੋਂ ਹੀ ਆਪਦੇ ਆਪ ਨੂੰ ਐਡੇ ਤਣਾਟ ਗਿੰਦੇ ਆ ਉਹ ਕਹਿੰਦਾ ਮੈਂ ਡਿਫਟੀ ਸੀਐਮ ਨੂੰ ਘਟ ਨਹੀਂਗਾ ਉਹ ਤਾਂ ਕੋਈ ਤਾਂ ਮੁੱਖ ਮੰਤਰੀ ਦੇ ਸੁਪਨੇ ਲਈ ਜਾਂਦਾ ਆਮ ਹੀ ਲੋਕਾਂ ਦੇ ਵਿੱਚ ਇਹ ਆ ਜਦੋਂ ਕਿਸੇ ਨੂੰ ਉਹਦੇ ਬੰਦੇ ਕਹਿਣ ਜਾਂਦੇ ਨਾ ਉਹ ਯਾਰ ਨਰੇਸ਼ ਕਟਾਰੀਆ ਦਾ ਕਹਦਾ ਉਹ ਤਾਂ ਥਾਣੇ ਦਾ ਬੰਦਾ ਨਹੀਂ ਛਣਾ ਸਕਦਾ ਆ ਇਹ ਧਾਕੜ ਲੀਡਰ ਦਾ ਧਾਕੜ ਜਿਹਦਾ ਨਾਂ ਸੁਣ ਕੇ ਅਫਸਰ ਕੰਬਦੇ ਆ ਦੋਨਾਂ ਲੀਡਰਾਂ ਦੀ ਇਹ ਗੱਲ ਜੇ ਨਹੀਂ ਹੈਗੀ ਤਾਂ ਤਾਂ ਦੱਸੋ ਹਰ ਬੰਦਾ ਇਹ ਗੱਲ ਕਹਿੰਦਾ ਧਾਕੜ ਲੀਡਰ ਆ ਠੀਕ ਹੈ ਜੀ ਮੈਂ ਕਹਿੰਦਾ ਧਾਕੜ ਹੀ ਚੰਗੇ ਆ ਪਰ ਮੈਂ ਇਹਨਾਂ ਸਾਹਮਣੇ ਤੁਹਾਡੇ ਵਿਖਾਉਂਗਾ ਕੰਮ ਕਰਕੇ ਜੇ ਹਰ ਬੰਦਾ ਮੇਰਾ ਸਤਿਕਾਰ ਕਰਦਾ ਅਫਸਰ ਵੀ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਇੱਥੇ ਇਹੋ ਜੇ ਕੰਮ ਕਰਕੇ ਵਿਖਾਉਂਗਾ ਜਿਹੜੇ ਇਹਨਾਂ ਨੇ 75 ਸਾਲਾਂ ਚ ਨਹੀਂ ਨਾ ਕੀਤੇ ਤੇ ਤੁਹਾਡੇ ਸਾਹਮਣੇ 2 ਸਾਲਾਂ ਚ ਇਲਾਕੇ ਦੀ ਨਵਾਰ ਬਦਲ ਦੂੰਗਾ ਤੇ ਜੇ ਪੰਜਾਬ ਦੇ ਲੋਕ ਜੀਹਾਂ ਹਲਕਾ ਨਾ ਵੇਖਣ ਹੋਣ ਤੇ ਮੈਨੂੰ ਜੋ ਮਰਜੀ ਇਲਾਕਾ ਸਜਾ ਦੇ ਦੇ ਮੈਂ ਭੁਗਤਣ ਨੂੰ ਤਿਆਰ ਐਹੋ ਜਿਹਾ ਹਲਕਾ ਬਣਾਉਂਗਾ ਜਨਤਾ ਨੇ ਸੋਚਿਆ ਵੀ ਨਹੀਂ ਹੋਣਾ ਵੀ ਐ ਯਾਰ ਐਹੋ ਜੇ ਕੰਮ ਮੈਂ ਕਹਿੰਦਾ ਮੈਂ ਸੋਚੀ ਬੈਠਾ ਮਨ ਦੇ ਵਿੱਚ ਕੀ ਕੀ ਲਿਆਉਣਾ ਇੱਥੇ ਕੀ ਬਾਤ ਹੈ ਦੇ ਕਟਾਰੀਆ ਸਾਹਿਬ ਅਖੀਰ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਇਸ ਵਾਰ ਨਤੀਜੇ ਜਿਹੜੇ ਹੈਰਾਨੀਜਨਕ ਹੋਣਗੇ ਮਾਰਜਨ ਬਹੁਤਾ ਨਹੀਂ ਹੋਣਾ 2-2000 ਦਾ ਮਾਰਜਨ ਹੋਏਗਾ ਜਿਸ ਤਰੀਕੇ ਟਿਕਟਾਂ ਦੀ ਵੰਡ ਹੈਰਾਨੀਜਨਕ ਕੋਈ ਬੰਦਾ ਕਹਿੰਦਾ ਹੈ ਫਲਾਣੇ ਨੇ ਵੀ ਧੜਾ ਛੱੜਦਾ ਤੁਹਾਨੂੰ ਲੱਗਦਾ ਨਹੀਂ ਨਤੀਜੇ ਵੀ ਇਸ ਵਾਰ ਹੈਰਾਨੀਜਨਕ ਹੋਣਗੇ ਜੇ ਤਣਾੜ ਬੰਦੇ ਜਿਹੜੇ ਚੋਟੀ ਦੇ ਬੰਦੇ ਜਿਹੜੇ ਜਿਹੜੇ ਕਦੀ ਨਹੀਂ ਸੀ ਹਾਰੇ ਇਸ ਵਾਰ ਮੈਨੂੰ ਲੱਗਦਾ ਵੀ ਉਹ ਵੀ ਹਾਰਨਗੇ ਮਾਈ ਜੀ ਹੈਰਾਨੀਜਨਕ ਇਹੋ ਜਿਹੇ ਹੈਰਾਨੀਜਨਕ ਹੋਣਗੇ ਲੋਕੀ ਮੂੰਹ 'ਚ ਉਂਗਲਾ ਪਾਵਾ ਗੱਲਾਂ ਕਰੇ ਕਰਨਗੇ ਯਾਰ ਆ ਗਈ ਬਣ ਗਿਆ ਫਲਾਨਾ ਵੀ ਉੱਡ ਗਿਆ ਯਾਰੋ ਫਲਾਨਾ ਜਿਵੇਂ ਉਹ ਕਹਿੰਦੇ ਨਾ ਉਥੇ ਭਗਵੰਤ ਮਾਨ ਕਹਿੰਦਾ ਉਹ ਫਲਾਨਾ ਚੱਕੀ ਵਾਲਾ ਜਿੱਤ ਗਿਆ ਉਹ ਫਲਾਨਾ ਰਖਸ਼ੇ ਵਾਲਾ ਵੀ ਇੱਥੇ ਵੀ ਇਸ ਤਰ੍ਹਾਂ ਹੀ ਹੋਣਾ ਵਾ ਠੀਕ ਹੈ ਪੰਜਾਬ ਦਾ ਤੇ ਦਿੱਲੀ ਦਾ ਬਹੁਤ ਫਰਕ ਹੈ ਕੋਈ ਸ਼ੱਕ ਨਹੀਂ ਪਰ ਇੱਥੇ ਵੀ ਨਵੇਂ ਜਿਹੜੇ ਆਏ ਆ ਇਹੋ ਜਿਹੇ ਬੰਦੇ ਮੈਂ ਕਹਿੰਦਾ ਐ ਜਿੱਤਣਗੇ ਚੰਗੀ ਵੋਟ ਨਾਲ ਠੀਕ ਹੈ ਚਲੋ ਕਈਆਂ ਥਾਵਾਂ ਤੇ 2-4000 5000 ਦੇ ਮਾਰਜਨ ਨਾਲ ਜਿੱਤਣ ਜੇਤਾਰ ਹੋਣੀ ਆ ਪਰ ਬਾਈ ਜੀ ਇਹ ਆ ਵੀ ਜਿੱਤ ਆਮ ਆਦਮੀ ਪਾਰਟੀ ਦੀ 100% ਸਰਕਾਰ 100 ਨਹੀਂ 200% ਪੱਕੀ ਸਰਕਾਰ ਆ 70 ਸੀਟਾਂ ਤੋਂ ਉੱਤੇ ਲੈ ਕੇ ਆਉਗੀ 70 80ਾਂ ਦੇ ਵਿੱਚ ਨਾ ਲੈ ਕੇ ਆਵੇ ਤੇ ਜੋ ਮਰਜ਼ੀ ਸਜ਼ਾ ਦੇ ਦੇ ਜੇ ਮੈਨੂੰ ਤੁਸੀਂ ਆਪ ਵੱਲੋਂ ਜਿੱਤਣ ਜਾ ਰਹੇ ਹੋ ਤੁਸੀਂ ਦਾਵਾ ਕਰ ਰਹੇ ਵੀ ਆਪ ਦੀ ਸਰਕਾਰ ਬਣ ਜਾ ਰਹੀ ਹੈ ਮੰਨ ਲਓ ਤੁਸੀਂ ਜਿੱਤ ਜਾਂਦੇ ਸਰਕਾਰ ਵੀ ਤੁਹਾਡੀ ਬਣ ਜਾਂਦੀ ਏ ਤੁਸੀਂ ਐਮਐਲਏ ਹਲਕੇ ਦੇ ਹੋਵੋਗੇ ਜੀਰੇ ਦੇ ਹਾਂਜੀ ਇਹ ਆਮ ਆਦਮੀ ਪਾਰਟੀ ਦੇ ਹੋਵੋਂਗੇ ਕਿ ਵੀ ਸਾਰੇ ਜਿੰਨੇ ਵੀ ਵੋਟਰ ਨੇ ਜਿੰਨੇ ਤੁਹਾਨੂੰ ਵੋਟ ਨਹੀਂ ਪਾਈ ਉਹਦੇ ਵੀ ਹੋਵੋਂਗੇ ਕਿਉਂਕਿ ਆਪਾਂ ਵੇਖਦੇ ਹਾਂ ਰਵਾਇਤੀ ਪਾਰਟੀਆਂ ਅਕਸਰ ਆਪਣੇ ਵੋਟਰਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣਦੀਆਂ ਦੂਜਿਆਂ ਦੇ ਕੰਮ ਰੋਕਦੀਆਂ ਇਹੋ ਜਿਹਾ ਕੰਮ ਤਾਂ ਨਹੀਂ ਆਊਗਾ ਨਾ ਜੀ ਨਾ ਇਹੋ ਜਿਹਾ ਕੰਮ ਕਦੇ ਸੋਚਿਆ ਨਹੀਂ ਇੱਕ ਨਰੇਸ਼ ਕਟਾਰਗਿਆ ਇਹੋ ਜਿਹਾ ਐਮਐਲਏ ਬਣਿਆ ਮੈਨੂੰ ਪਾਵਰ ਨਹੀਂ ਅਜੇ ਤੱਕ ਮੈਨੂੰ ਮਿਲੀ ਸਿਰਫ ਤੇ ਸਿਰਫ ਮੈਨੂੰ ਮਹੀਨਾਕ ਇਹ ਮਿਲਿਆ ਸੀਗਾ ਵੀ ਜਿਹੜੇ ਚੈੱਕ ਵੰਡਣ ਦਾ ਉਹ ਮੇਰੇ ਕੋਲ ਇਹ ਪਾਵਰ ਆਈ ਸੀ ਮਹੀਨਾਕ ਅਖੀਰ ਤੇ ਜਦੋਂ ਇਹ ਅਗਿਸੀ ਕੋਈ ਗੱਲ 2005 6 ਦੀ ਨਾ ਸੌਰੀ 7 ਦੇ 7 ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਸੀ ਉਦੋਂ ਥੋੜਾ ਜਿਹਾ ਦਾ 6 ਚ 6 ਦੇ ਐਂਡ ਦੇ ਵਿੱਚ ਮੈਨੂੰ ਇਹਨਾਂ ਨੇ ਚੈੱਕਾਂ ਦਾ ਮੈਨੂੰ ਭੇਜਤਾ ਵੀ ਚੈੱਕ ਵੰਡਨੇ ਆ ਤੇ ਪੈਸੇ ਭੇਜਤੇ ਵੀ ਚੈੱਕਾਂ ਦੀ ਲਿਸਟ ਬਣਾ ਦੇ ਕਿੰਨੇ ਕਿਲੇ ਕਿਨੂ-ਕਨੂ ਕੋਈ ਇੱਕ ਵੀ ਐਮਐਲਏ ਕਹਿ ਦੇਵੇ ਆ ਦੂਜਾ ਸਰਪੰਚ ਕਹਿ ਦੇਵੇ ਕਾਲੀ ਦਲ ਦਾ ਚਾਹੇ ਕਿਸੇ ਪਾਰਟੀ ਦਾ ਸੀ ਹਰ ਬੰਦੇ ਨੂੰ ਮੈਂ ਚੈੱਕ ਦਿੱਤਾ ਵਾ ਹਰ ਇੱਕ ਦੇ ਘਰੇ ਪਹਚਾਇਆ ਲਓ ਜੀ ਬਾਈ ਜੀ ਇੱਕ ਕਾਲੀ ਦਲ ਦਾ ਐਮਐਲਏ ਆ ਦੂਜਾ ਸਰਪੰਚ ਆੜ ਗਿਆ ਕਹਿੰਦਾ ਜੀ ਮੈਂ ਤਾਂ ਨਹੀਂ ਲੈਣ ਜਾਣਾ ਉੱਥੋਂ ਮੈਂ ਉਹਦੇ ਘਰੇ ਜਾ ਕੇ ਪਹਚਾ ਕੇ ਆਇਆ ਹ ਸੁੰਦਰ ਸਿੰਘ ਸਰਪੰਚ ਮਸੂਰ ਦੇਵੇ ਦਾ ਉਹ ਕਹਿੰਦਾ ਜੀ ਮੈਂ ਨਹੀਂ ਲੈਣ ਜਾਣਾ ਉੱਥੇ ਚੈੱਕ ਉਦੋਂ ਚਲੋ ਪੈਸੇ ਥੋੜੇ ਹੀ ਆਏ ਸੀਗੇ 3-4 ਕਰੋੜ ਆਇਆ ਸੀ ਮੈਂ ਉਹਨੂੰ ਡਿਵਾਈਡ ਕਰਕੇ ਕੋਈ ਇੱਕ ਵੀ ਸਰਪੰਚ ਇਹ ਨਹੀਂ ਗੱਲ ਕਹਿ ਸਕਦਾ ਨਰੇਸ਼ ਕਟਾਰਗੇ ਨੇ ਵਿਤਕਰਾ ਕੀਤਾ ਤੇ ਇਸੇ ਤਰ੍ਹਾਂ ਹੀ ਹੁਣ ਵੀ ਕੋਈ ਵਿਤਕਰਾ ਨਹੀਂ ਹੋਊਗਾ ਸਾਰੇ ਹਲਕੇ ਦਾ ਐਮਐਲਏ ਹੋਊਗਾ ਜੇ ਮਾਲਕ ਨੇ ਪਾਵਰ ਦਿੱਤੀ ਹਰ ਇੱਕ ਦਾ ਕੰਮ ਕਰੂੰਗਾ ਭਾਵੇਂ ਕਿਸੇ ਪਾਰਟੀ ਦਾ ਵੀ ਸਰਪੰਚਾਂ ਤੋਂ ਗੱਲ ਆਈ ਵੀ ਧੱਕੇ ਨਾਲ ਜਿਵੇਂ ਐਮਐਲਏ ਸਰਪੰਚ ਬਣਾਉਂਦੇ ਨੇ ਲੋਕਤੰਤਰ ਦਾ ਘਾਣ ਕਰਦੇ ਨੇ ਇਸ ਵਾਰ ਉਹ ਫੇਸ ਹੀ ਕਰਨਾ ਪਿਆ ਮੌਜੂਦਾ ਐਮਐਲਏ ਨੂੰ ਇਸ ਤਰੀਕੇ ਦਾ ਤਾਂ ਨਹੀਂ ਹੋਊਗਾ ਵੀ ਧੱਕੇ ਨਾਲ ਐਮਐਲਏ ਬਣਾਏ ਜਾਣਗੇ ਇਲੈਕਸ਼ਨ ਹੋਊਗਾ ਬਿਲਕੁਲ ਜੀ ਕੋਈ ਸਰਪੰਚ ਧੱਕੇ ਨਾਲ ਨਹੀਂ ਬਣਾਊਗਾ ਇਲੈਕਸ਼ਨ ਕਰਾਊਗਾ ਐਮਸੀਬੀ ਇਲੈਕਸ਼ਨ ਨਾਲ ਬੰਨ ਗਏ ਤੇ ਪਰ ਇਹ ਆ ਜੋ ਪਾਰਟੀ ਉੱਥੇ ਮੈਂ ਆ ਬਾੜ ਨੂੰ ਇਕੱਠਾ ਕਰੂੰਗਾ ਸਾਰੇ ਨੂੰ ਪਿੰਡ ਜਾਊਗਾ ਪਿੰਡ ਨੂੰ ਇਕੱਠਾ ਕਰੂੰਗਾ ਪਿੰਡ ਵਾਲੇ ਮੰਨਣ ਨਾ ਵੀ ਸਰਪੰਚ ਪਿੰਡ ਵਾਲਿਆਂ ਦੀ ਰਾਇ ਮਰਜ਼ੀ ਨਾ ਕਰੂੰਗਾ ਇਹ ਨਹੀਂ ਵੀ ਜੇ ਉਹ ਪਿੰਡ ਵਾਲੇ ਜਿੰਨੂੰ ਵੀ ਕਹਿ ਦੇਣਗੇ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਵੀ ਉਹ ਗਰੀਬ ਹੈ ਚਾਹੇ ਅਮੀਰ ਆ ਪਿੰਡ ਵਾਲੇ ਕਹਿਣਗੇ ਵੀ ਸਾਡਾ ਸਰਪੰਚ ਇਹ ਹੋਣਾ ਚਾਹੀਦਾ ਉਹੀ ਹੋਊਗਾ ਜੋ ਪਿੰਡ ਵਾਲਿਆਂ ਦੀ ਰਾਇ ਨਾਲ ਅਖੀਰ ਸਾਡੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਰਪੰਚੀ ਦੀ ਗੱਲ ਕੀਤੀ ਮੈਂ ਮਤਲਬ ਕੋਈ ਵੀ ਹੋਰ ਕੰਮ ਹੋਊਗਾ ਨਾ ਪਿੰਡ ਦੀ ਰਾਇ ਨਾਲ ਹੋਊਗਾ ਪਿੰਡ ਵਾਲੇ ਕਹਿ ਦਣਗੇ ਬਾਸ ਸਾਡਾ ਇੱਥੇ ਆ ਉੱਥੇ ਬਣੂਗਾ ਪਿੰਡ ਵਾਲੇ ਕਹਿ ਦਣਗੇ ਇੱਥੇ ਪੰਚਾਇਤ ਘਰ ਇੱਥੇ ਬਣਾ ਪਿੰਡ ਵਾਲਿਆਂ ਦੀ ਰਾਇ ਤੋਂ ਬਿਨਾ ਇੱਕ ਵੀ ਕਦਮ ਨਹੀਂ ਮੈਂ ਉੱਥੋਂ ਤੱਕ ਇੱਕ ਵੀ ਕਦਮ ਨਹੀਂ ਪਟਣਾ ਜੋ ਪਿੰਡ ਵਾਲੇ ਕਹਿਣਗੇ ਉਹਦੇ ਮਤਾਂਕ ਹੋਊਗਾ ਅਤੇ ਮੈਂ ਸਾਰੇ ਜਿੰਨੇ ਵੀ ਦਰਸ਼ਕ ਵੀ ਵੇਖ ਰਹੇ ਨੇ ਉਹਨਾਂ ਨੂੰ ਵੀ ਅਤੇ ਜਿੰਨੇ ਸਾਡੇ ਹਲਕਾ ਜੀਰਾ ਦੇ ਵੋਟਰ ਸਪੋਰਟਰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਮੈਨੂੰ ਵੋਟਾਂ ਪਾਈਆਂ ਮੇਰਾ ਸਤਿਮਾਨ ਸਤਕਾਰ ਕੀਤਾ ਮੈਨੂੰ ਪਿਆਰ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਦਾ ਇਹ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਜਿਹੜਾ ਮਰਜ਼ੀ ਮੇਰੇ ਕੋਲ ਆਓ ਮੈਨੂੰ ਕੋਈ ਮਤਲਬ ਨਹੀਂ ਵੋਟਾਂ ਪਾਈਆਂ ਨਹੀਂ ਪਾਈਆਂ ਮੇਰਾ ਸਾਰਿਆਂ ਦਾ ਹਰ ਇੱਕ ਦਾ ਸਤਕਾਰ ਹੋਊਗਾ ਹਰ ਇੱਕ ਨੂੰ ਮੈਂ ਇੱਕ ਆਹ ਨੂੰ ਇੱਕੋ ਪਲੇਟਫਾਰਮ ਤੇ ਬੱਬਲ ਤਾਂ ਮੈਂ ਪਿੰਡ ਚ ਕੋਈ ਪਾਰਟੀ ਬਾਜੀ ਰਹਿ ਨਹੀਂ ਦੇਣੀ ਜੋ ਮੈਂ ਸੋਚੀ ਬੈਠਾ ਬਿਲਕੁਲ ਪਾਰਟੀ ਬਾਜੀ ਖਤਮ ਕਰਕੇ ਸਾਰੇ ਪਿੰਡ ਨੂੰ ਇੱਕ ਮਾਲਾ ਚ ਪਰੋ ਕੇ ਵਿਖਾਉਂਗਾ ਇਹ ਇੱਕ ਇਤਿਹਾਸ ਰਚੂਗਾ ਵੀ ਜੀਰੇ ਹਲਕੇ ਦੇ ਵਿੱਚ ਜਦੋਂ 5 ਸਾਲ ਪੂਰੇ ਹੋਣ ਤੇ ਮੈਂ ਆਰਟੀਏ ਪਾ ਕੇ ਉਹਦਾ ਲਊਗਾ ਵੀ ਕਿੰਨੇ ਪਰਚੇ ਹੋਏ ਤੇ ਇਹਨਾਂ ਦੇ ਟਾਈਮ ਤੇ ਕਿੰਨੇ ਪਰਚੇ ਹੋਏ ਮੈਂ ਵਿਖਾਉਂਗਾ ਵੀ ਆ ਮੇਰੇ ਟਾਈਮ ਤੇ ਇੰਨਾ ਪਰਚਾ ਨਹੀਂ ਮੈਂ ਕੋਈ ਹੋਣ ਦੇਣਾ ਰਾਜੀ ਨਾਵੇਂ ਕਰਾਉਂਗਾ ਤੇ ਇਹ ਮੈਂ ਇੱਕ ਮੇਰੇ ਮਨ ਦੀ ਤਮੰਨਾ ਵਾ ਵੀ ਦੁਨੀਆ ਨੂੰ ਵਿਖਾਉਣਾ ਵਾ ਵੀ ਇੰਜ ਇੰਜ ਸੇਵਾ ਹੁੰਦੀ ਆ ਇਹ ਰਾਜ ਨਹੀਂ ਸੇਵਾ ਕਹਿ ਦਿੰਦੇ ਆ ਪਰ ਸਭ ਦੂਜੇ ਪਾਸੇ ਇਹਨੂੰ ਤੇ 26 ਹੁਣ ਸਾਡਾ ਤਾਂ ਐਮਐਲਏ ਅਜੇ ਨਹੀਂ ਹਟਦਾ ਪਿਆ ਆ ਹੁਣ ਇਲੈਕਸ਼ਨ ਤੋਂ ਬਾਅਦ ਕਿੰਨੇ ਪਰਚੇ ਕਰਾਏ ਇਹ ਬੰਦੇ ਮੇਰੇ ਕੋਲ ਇੱਥੇ ਹੀ ਹੈਗੇ ਜਿਹੜੇ ਕੀ ਉਸ ਉਸ ਪਿੰਡ ਗਏ ਵੀ ਨਹੀਂ ਨਾ ਉਹਨਾਂ ਨੂੰ ਪਿੰਡ ਦਾ ਹੀ ਪਤਾ ਉਹਨਾਂ ਦੇ ਪਰਚਿਆਂ 'ਚ ਨਾ ਪਵਾਤੇ ਉਹ ਪਿੱਛੇ ਜੇ ਕਿਤੇ ਪਰਚੇ ਕਰਾਏ ਹੋਣਗੇ ਕਿਤੇ ਇਹਨੇ ਉਹਦੇ ਵਿੱਚ 20 ਬੰਦੇ ਅਣਪਛਾਤੇ 10 ਬੰਦੇ ਅਣਪਛਾਤੇ ਉਹ ਜਦੋਂ ਕਿਤੇ ਵੇਖਿਆ ਵੀ ਇਹਨੇ ਨਹੀਂ ਸਾਡਾ ਸਾਥ ਦਿੱਤਾ ਚੁੱਕ ਕੇ ਤੁਣ ਦਿਓ ਜੀ ਅਣਪਛਾਤੇਆਂ 'ਚ ਉਹ ਕਿੰਨੇ ਕ ਮੈਂ ਜਾ ਕੇ ਵਿਖਾ ਕੇ ਤੁਹਾਨੂੰ ਕੈਨਸਲ ਕਰਾ ਕੇ ਲਿਆ ਆ ਹਜੇ ਵੀ ਹਟਦੇ ਨਹੀਂ ਪਏ ਮੈਂ ਬੇਨਤੀ ਕਰਦਾ ਇਹਨਾਂ ਲੋਕਾਂ ਨੂੰ ਇਹਨਾਂ ਐਮਐਲਏ ਨੂੰ ਬਾਈ ਜੀ ਇਹ ਪਰਮ ਉਹ ਉਹਦਾ ਇਨਾ ਮਾਨ ਨਹੀਂ ਕਰੀਦਾ ਐਮਐਲਏ ਦਾ ਐਮਐਲਏ ਤਾਂ ਆਈ ਤੇ ਗਈ ਤੇ ਚੰਗੇ ਕੰਮ ਕਰੋ ਜਿਹੜੀ ਦੁਨੀਆ ਯਾਦ ਕਰੇ ਤੁਹਾਨੂੰ ਮੈਂ ਸਾਰਿਆਂ ਭਰਾਵਾਂ ਨੂੰ ਜਿਨੇ ਵੀ ਆਮ ਆਦਮੀ ਪਾਰਟੀ ਦੇ ਜਾਂ ਹੋਰ ਵੀ ਜਿਹੜੇ ਐਮਐਲਏ ਆ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਭਰਾਓ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੰਗੇ ਕੰਮ ਕਰੀਏ ਤਾਂ ਜੋ ਲੋਕ ਤੁਹਾਨੂੰ ਰਹਿੰਦੀ ਦੁਨੀਆ ਤੱਕ ਯਾਦ ਕਰਨ ਤੇ ਇਨਾ ਕਿ ਮੈਂ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਕੁਟਾਰੀਏ ਸਾਹਿਬ ਇਹਨਾਂ ਨੇ ਅਖੀਰ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਕਹੀਆਂ ਨੇ ਵੀ ਮੈਂ ਪਿੰਡਾਂ ਦੇ ਵਿੱਚ ਸ਼ਰੀਕੇਬਾਜੀ ਨੂੰ ਖਤਮ ਕਰਾਂਗਾ ਭਾਈਚਾਰਕ ਸਾਂਝ ਪੈਦਾ ਕਰਾਂਗਾ ਨਸ਼ੇ ਨੂੰ ਠੱਲ ਪਾਵਾਂਗਾ ਬਹੁਤ ਇਹਨਾਂ ਨੇ ਦਾਅਵੇ ਕੀਤੇ ਨੇ ਇਹ ਆਉਣ ਕੈਮਰਾ ਨੇ ਸੋ ਨਤੀਜੇ ਦੱਸਣਗੇ ਵੀ 10 ਤਰੀਕ ਨੂੰ ਕੀ ਹੁੰਦਾ ਤੇ ਜੇ ਇਹਨਾਂ ਨੇ ਜੋ ਜੋ ਗੱਲਾਂ ਕਹੀਆਂ ਇਹ ਆਪਣੇ ਇਹਨਾਂ ਗੱਲਾਂ ਤੇ ਪੂਰੇ ਲੈਣ ਅਸੀਂ ਇਹਨਾਂ ਦੇ ਨਾਲ ਆ ਅਸੀਂ ਆਪਣੀਆਂ ਸ਼ੁਭਕਾਮਨਾ ਇਹਨਾਂ ਨੂੰ ਪੇਟ ਕਰਦੇ ਆਂ ਵੀ ਜੇ ਇਹ ਹਲਕੇ ਦਾ ਸਵਾਰਨ ਸੋ ਦਰਸ਼ਕੋ ਨਵੇਂ ਮੁੱਦੇ ਤੇ ਨਵੀਂ ਸ਼ਕਤੀਤ ਨਾਲ ਬਹੁਤ ਜਲਦੀ ਆਪ ਜੀ ਰੂਬਰੂ ਹੋਣੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ